ਸਤਿਕਾਰਯੋਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਭਾਈ ਧਿਆਨ ਸਿੰਘ ਜੀ ਮਨ ਸਾਹਿਬ, ਸੰਤ ਬਾਬਾ ਬਲਜੀਤ ਸਿੰਘ ਜੀ ਦਾਦੋਵਾਲ ਜੀ, ਭਾਈ ਅਮਰੀਕ ਸਿੰਘ ਜੀ ਅਤੇ ਸਾਰੀ ਕੀ ਗੁਰੂ ਕੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਪਰਸੋਂ ਚੌਥੇ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰੇ ਵਾਲਿਆਂ ਨੇ ਇੱਕ ਗੱਲ ਕਹੀ ਸੀ, ਹਾਸੇ ਵਾਲੀ ਗੱਲ ਨਹੀਂ, ਇਹ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਬੈਠੀਆਂ। ਉਹ ਰਾਤ ਨੂੰ ਕਵਿਤਾ ਲਿਖ ਕੇ ਲਿਆਏ ਸੀ ਅਤੇ ਤੜਕੇ ਨੂੰ ਬੋਲਦੇ, ਕਹਿੰਦੇ ਬਹੁਤ ਜ਼ੋਰ ਲੱਗਦਾ ਜੀ ਕਵਿਤਾ ਲਿਖਣ 'ਤੇ, ਮਾਫ਼ ਕਰਨਾ। ਕਹਿੰਦੇ ਜਿਵੇਂ ਬੱਚੇ ਨੂੰ ਜਨਮ ਦੇ ਲਿਆ ਅਤੇ ਉਸ ਤਰ੍ਹਾਂ ਜਿਹੋ ਜਿਹੀ ਕਵਿਤਾ ਲਿਖ ਲਈ। ਬੱਚਿਆਂ ਨੂੰ ਜਨਮ ਦਿੰਦੀਆਂ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ। ਸੋ ਇੱਥੇ ਇਹ ਜਿਹੜਾ ਛੰਦ ਲਿਖਣਾ, ਕਵਿਤਾ ਲਿਖਣੀ ਹੈ, ਬਹੁਤ ਔਖੀ ਹੈ। ਭਾਵੇਂ ਮੈਂ ਇਕੱਲਾ ਹੀ ਹਾਂ ਪਰ ਉਹ ਮੇਰੇ ਸਾਥੀ ਨਾਲ ਦੀ ਉੱਠ ਕੇ ਹੈ 72 ਕਲਾ ਛੰਦ, ਜਿਹਦੇ ਸਾਕਾ ਤਰਜ ਲਿਖੀ ਹੈ। ਕਹਿਰਾ ਸਾਕਾ ਜਿਹੜਾ ਢਾਡੀ ਬੋਲ ਕੇ ਗਿਆ, ਇਹਨੂੰ 20 ਅੱਖਰ ਲੱਗਦੇ ਹੈ। ਬੈਂਤ ਬੋਲੀਏ ਤਾਂ ਉਹਨੂੰ 28-29 ਅੱਖਰ ਲੱਗਦੇ ਹੈ, ਕਲੀ ਲਿਖੀਏ ਤਾਂ ਉਹਨੂੰ 35-37 ਅੱਖਰ ਲੱਗਦੇ ਹੈ। ਇਸ 72 ਕਲਾ ਦੇ ਛੰਦ ਨੂੰ, ਜਿਹਦਾ ਨਾਂ ਹੀ 72 ਕਲਾ, ਇਹਦੀ ਅੱਧੀ ਟੇਕ ਨੂੰ 72 ਅੱਖਰ ਲੱਗਦੇ ਹੈ। ਸੋ ਸਾਧ ਸੰਗਤ ਜੀ, ਇਹ 8 ਟੇਕਾਂ ਦਾ ਛੰਦ ਹੈ। ਵੀ ਮੈਂ ਮਹਾਰਾਜ ਕਿਰਪਾ ਕਰੇ, ਸੰਗਤ ਕਿਰਪਾ ਕਰੇ, ਮੈਂ ਇਕੱਲਾ ਹੀ ਸਿਰੇ ਲਾ ਸਕਾਂ। ਅਤੇ ਉਹਨਾਂ ਨੇ ਲਿਖਿਆ ਸੀ ਵੀ ਜਿਹੋ ਜਿਹਾ ਬੱਚੇ ਨੂੰ ਜਨਮ ਦੇ ਲਿਆ ਜਿਹੋ ਜਿਹੀ ਕਵਿਤਾ ਲਿਖ ਲਈ। ਇਹਦੇ 1152 ਅੱਖਰ ਕੀਤੇ, ਇਕੱਠੇ ਕੀਤੇ, ਵੇਖ ਲਓ ਵੀ ਕਿੰਨੀਆਂ ਕਵਿਤਾਵਾਂ ਢਾਡੀ ਸਾਕਿਆਂ ਜਿੰਨੀਆਂ ਹੋਣਗੀਆਂ। ਸੋ ਜ਼ਿਆਦਾ ਸਮਾਂ ਨਾ ਲਵਾਂ, ਮੈਂ ਇੱਕ ਸ਼ੇਅਰ ਦੀਆਂ ਲਾਈਨਾਂ ਪੜ੍ਹ ਕੇ ਸੁਣਾਉਣਾ, ਕਿਉਂਕਿ ਇੱਕ ਤਾਂ ਇਕੱਲਾ ਰਹਿ ਗਿਆ ਮੈਂ ਅਤੇ ਇੱਕ ਮਤਲਬ ਵੀ ਮੈਂ 4.5-4 ਸਾਲਾਂ ਤੋਂ ਬਿਮਾਰ ਰਹਿਣ ਕਰਕੇ ਮੈਂ ਕਦੇ ਬੋਲਿਆ ਨਹੀਂ। ਇਹ ਭਾਈ ਸਾਹਿਬ ਦੀ ਬੜੀ ਕਿਰਪਾ ਹੈ, ਜਦੋਂ ਦਾ ਇਸ ਸਟੇਜ 'ਤੇ ਮੈਂ 1 ਤਰੀਕ ਤੋਂ ਅਰਦਾਸ ਵੀ ਹਾਜ਼ਰੀ ਭਰਦਾ, ਇੱਥੇ ਇਹਨਾਂ ਨੂੰ ਬੋਲਦੇ ਸੁਣਦਾ ਮੈਨੂੰ ਵੀ ਥੋੜ੍ਹਾ ਜੋਸ਼ ਆਉਂਦਾ, ਪਰ ਮੈਂ ਲਿਖ ਕੇ ਕੱਢ ਲੈਂਦਾ, ਬੋਲ ਕੇ ਘੱਟ ਕੱਢਣਾ। ਲਓ ਕੁਝ ਲਾਈਨਾਂ ਸ਼ੇਅਰ ਦੀਆਂ। ਸਿੱਖ ਕੌਮ ਦੇ ਦਰਦ ਨੂੰ ਰੱਖ ਅੱਗੇ, ਸਿੱਖ ਕੌਮ ਦੇ ਦਰਦ ਨੂੰ ਰੱਖ ਅੱਗੇ, ਲਾ ਕੇ ਮੋਰਚਾ ਧਿਆਨ ਸਿੰਘ ਮੰਡ ਬੈਠਾ। ਮੰਗਾਂ ਤਿੰਨੇ ਸਰਕਾਰ ਤੋਂ ਲੈਣੀਆਂ ਨੇ, ਜ਼ਿੰਮੇਵਾਰੀ ਦੀ ਚੁੱਕ ਕੇ ਪੰਡ ਬੈਠਾ। ਰੁੱਖਾ ਸੁੱਖਾ ਪ੍ਰਸ਼ਾਦਾ ਛਕੇ ਲੰਗਰਾਂ ਦਾ, ਰੁੱਖਾ ਸੁੱਖਾ ਪ੍ਰਸ਼ਾਦਾ ਛਕੇ ਲੰਗਰਾਂ ਦਾ, ਤਿਆਗ ਪੂੜੇ ਤੇ ਖੀਰ ਨੂੰ ਖੰਡ ਬੈਠਾ। ਸਿੱਖ ਜਗਤ ਦਾ ਇਹ ਕੋਹੇ ਨੂਰ ਹੀਰਾ, ਸਿੱਖ ਜਗਤ ਦਾ ਇਹ ਕੋਹੇ ਨੂਰ ਹੀਰਾ, ਪ੍ਰੇਮ ਪਿਆਰ ਤੇ ਜਗਤ ਨੂੰ ਵੰਡ ਬੈਠਾ। ਲੋੜ ਪਈ ਤਾਂ ਕਰੂ ਕੁਰਬਾਨੀਆਂ ਨੂੰ, ਸ਼ੇਰ ਵਾਂਗ ਨਾ ਖੜੀ ਕਰ ਝੰਡ ਬੈਠਾ। ਲੋੜ ਪਈ ਤਾਂ ਕਰੂ ਕੁਰਬਾਨੀਆਂ ਨੂੰ, ਸ਼ੇਰ ਵਾਂਗ ਨਾ ਖੜੀ ਕਰ ਝੰਡ ਬੈਠਾ। ਘਰ ਬਾਰ ਵੀ ਛੱਡਿਆ ਸੂਰਮੇ ਨੇ, ਦੁੱਖ ਪਿੰਡੇ ਦੇ ਝੱਲ ਕੇ ਹੰਡ ਬੈਠਾ। ਦਿੱਤਾ ਸਾਥ ਹੈ ਕੌਮ ਦੇ ਦਰਦੀਆਂ ਨੇ, ਕਰਕੇ ਮੋਰਚਾ ਅਗਨ ਪ੍ਰਚੰਡ ਬੈਠਾ। ਚਾਨੀ ਪਿੰਡ ਬਰੇਗਾੜੀ ਦਾ ਸੱਚ ਆਖੇ, ਦੋਸਤੀ ਰੱਬ ਦੇ ਨਾਲ ਵੀ ਗੰਢ ਬੈਠਾ। ਰੱਬ ਦੇ ਨਾਲ ਦੋਸਤੀ ਕਰਕੇ ਗੰਢ ਕੇ ਬੈਠੇ, ਇਹ ਜ਼ਰੂਰ ਮੋਰਚਾ ਸਫਲਤਾ ਵੱਲ ਵੱਧ ਰਿਹਾ। ਸੋ ਜਿਹਨਾਂ ਬਹਾਦਰਾਂ ਦੀਆਂ ਵਾਰਾਂ ਗਾਉਂਦੀਆਂ,
ਔਰ ਸੂਰਮਿਆਂ ਦੀਆਂ ਬਹਾਦਰਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਜਿਨ੍ਹਾਂ ਨੇ ਗੁਰੂ ਪੀਰਾਂ ਨੂੰ ਜਿਨ੍ਹਾਂ ਦੇ ਮਾਤਾ ਪਿਤਾ ਨੇ ਜਨਮ ਦਿੱਤਾ ਅਵਤਾਰਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਲਿਖਾਰੀ ਧੰਨਤਾ ਯੋਗ ਕਹਿੰਦੇ ਆ ਧੰਨ ਕਹਿੰਦੇ ਆ। ਸਾਧ ਸੰਗਤ ਜੀ ਇਹ ਜਥੇਦਾਰ ਵੀ ਕੁਰਬਾਨੀ ਦਾ ਪੁੰਜ ਬਣ ਕੇ ਬੈਠੇ ਹੈ ਸੋ ਇਹਨਾਂ ਦੇ ਮਾਤਾ ਪਿਤਾ ਨੂੰ ਧੰਨਤਾ ਦਾ ਯੋਗ ਕਹਿ ਕੇ ਮੈਂ ਆਪਣੀ ਕਵਿਤਾ ਸ਼ੁਰੂ ਕਰਦਾ ਹੈ। ਧਿਆਨ ਦੇਣਾ ਇਹ 72 ਕਲਾ ਛੰਦ ਹੈ। ਇੱਕ ਚੰਗਾ ਪੁੱਤ ਜੰਮਿਆ ਅਜੈਬ ਸਿੰਘ ਬਾਪ ਕਰੇ ਸੀ ਜਾਪ ਸਾਰੇ ਸੰਸਾਰ ਸਮੁੰਦਰੋਂ ਪਾਰ ਪਿਤਾ ਦਾ ਉੱਚਾ ਨਾਮ ਚਮਕਾਤਾ ਧਨ ਇਸ ਦੀ ਜਨਨੀ ਹੈ ਚੁੰਘਾਇਆ ਸ਼ੀਰ ਸੋਹਣੀ ਤਸਵੀਰ ਧਨ ਗੁਰ ਬਚਨ ਕੌਰ ਜੀ ਮਾਤਾ ਉਹ ਬਣ ਪੁੰਜ ਕੁਰਬਾਨੀ ਦਾ ਧਿਆਨ ਸਿੰਘ ਮੰਡ ਗੁਣਾਂ ਦੀ ਪੰਡ ਕਰੇ ਅਗਵਾਈ ਹੈ ਨਾਲ ਖੁਦਾਈ ਪਾ ਕੇ ਗਲ ਵਿੱਚ ਹਲ ਹਰ ਨਾੜੀ ਕਰਾਂ ਅਰਜਾਂ ਸੰਗਤ ਨੂੰ ਆਓ ਸਭ ਚੱਲ ਕੇ ਸਾਹੋ ਤੇ ਮਲ ਕੇ ਮੋਰਚਾ ਲੱਗਿਆ ਪਿੰਡ ਬਰਗਾੜੀ ਜਿਵੇਂ ਖੜੀ ਚਟਾਨ ਹੈ ਨਾ ਜਿਵੇਂ ਖੜੀ ਚਟਾਨ ਨਾਲ ਖੜੀ ਚਟਾਨ ਹੈ ਨਾਲ ਹੈ ਖੜਨਾ ਸ਼ਾਂਤ ਚਿਤ ਲੜਨਾ ਸ਼ਾਂਤੀ ਰੱਖਣੀ ਨਰਮ ਜੋ ਮੱਖਣੀ ਪੈ ਜੇ ਅਜਰ ਭਵੇਂ ਹੈ ਜਰਨਾ ਆਉਂਦੇ ਹੈ ਦੂਰੋਂ ਜੀ ਸਾਧ ਤੇ ਸੰਤ ਅਕਲ ਦੇ ਕੰਤ ਜਿੱਤ ਕੇ ਸਫਲ ਮੋਰਚਾ ਕਰਨਾ ਉਹਨਾਂ ਚਿਰ ਲੱਗਣਾ ਜੀ ਉਹਨਾਂ ਚਿਰ ਲੱਗਣਾ ਜੀ ਕੱਢਾਂਗੇ ਭਾਫ ਮਿਲੇ ਇਨਸਾਫ ਲੱਗੇ ਜੇ ਦੇਰ ਨਾ ਰਹੇ ਅੰਧੇਰੇ ਇੱਥੇ ਰਹਿੰਦੀ ਰੱਖਦੀ ਜਗਦੀ ਰਹੂ ਚੰਗਿਆੜੀ ਕਰਾਂ ਅਰਜਾਂ ਸੰਗਤ ਨੂੰ ਆਓ ਸਭ ਚੱਲ ਕੇ ਸਾਹੋ ਤੇ ਮਲ ਕੇ ਮੋਰਚਾ ਲੱਗਿਆ ਪਿੰਡ ਬਰਗਾੜੀ ਗੋਲੀ ਚੱਲੀ ਬਹਿਬਲ ਸੀ ਕਰੇ ਕੜ ਕਾੜ ਸਿੱਧੇ ਪਛਾੜ ਪੁਲਿਸ ਭੂਤਰੀ ਪੁਲਿਸ ਗਏ ਸੀ ਚੁਲਥੇ ਇਸੇ ਦੋ ਸਿੰਘ ਗਏ ਸੀ ਮਾਰੇ ਦੁਨੀਆਂ ਜੁੜ ਬੈਠੀ ਸੀ ਗੁਰੂ ਕੀ ਸੰਗਤ ਲਗਾ ਕੇ ਪੰਗਤ ਲੰਗਰ ਸੀ ਵਡਤਾਉਣ ਵਿਚਾਰੇ ਨਿਆਮੀ ਵਾਲੇ ਤੋਂ ਪਿੰਡ ਨਿਆਮੀ ਵਾਲੇ ਤੋਂ ਕ੍ਰਿਸ਼ਨ ਭਗਵਾਨ ਵਾਰ ਗਿਆ ਜਾਨ ਗੁਰਜੀਤ ਸਰਾਵਾਂ ਸੱਚ ਸੁਣਾਵਾਂ ਆਉਂਦੀ ਨਿੱਕੀ ਨਿੱਕੀ ਸੀ ਦਾੜੀ ਕਰਾਂ ਅਰਜਾ ਸੰਗਤ ਨੂੰ ਆਓ ਸਭ ਚੱਲ ਕੇ ਸਾਹੋ ਤੇ ਮਲ ਕੇ ਮੋਰਚਾ ਲੱਗਿਆ ਪਿੰਡ ਬਰਗਾੜੀ ਵਿੱਚ ਚੌਂਕ ਪੁਹਾਰੇ ਦੇ ਮਰਤਿਆ ਕਹਿਰ ਨਿੱਕਾ ਜਾ ਸ਼ਹਿਰ ਸੀ ਮੱਚੀ ਦੁਹਾਈ ਕੁੱਟੇ ਕਈ ਭਾਈ ਡਾਂਗਾਂ ਚੱਲੀਆਂ ਕੋਟ ਕਪੂਰੇ ਆਈ ਪੁਲਿਸ ਪੂਤਰੀ ਸੀ ਕਸੀ ਸੀ ਮਰਦੀ ਕਿਤੇ ਨਾ ਡਰਦੀ ਲੋਕੀ ਕੁੱਟ ਕੁੱਟ ਕਰਤੇ ਦੂਰੇ ਐਵੇਂ ਬਿਨਾਂ ਕਸੂਰੋਂ ਜੀ ਪਾਈ ਤਰਥਲ ਮੱਚੀ ਹਲ ਚੱਲ ਜ਼ੁਲਮ ਸੀ ਕੀਤਾ ਸਬਰ ਨਾ ਪੀਤਾ ਸਰਗੀ ਸੀ ਕਾਨੂੰਨ ਬਗਿਆੜੀ ਕਰਾਂ ਅਰਜਾਂ ਸੰਗਤ ਨੂੰ ਆਓ ਸਭ ਚੱਲ ਕੇ ਸਾਹੋ ਤੇ ਮਲ ਕੇ ਮੋਰਚਾ ਲੱਗਿਆ ਪਿੰਡ ਬਰਗਾੜੀ ਇਹ ਸਭ ਦਾ ਮੋਰਚਾ ਹੈ ਪੰਥ ਦਾ ਸਾਂਝਾ ਰਹੇ ਨਾ ਵਾਂਝਾ ਆਉਣ ਟਕਸਾਲਾਂ ਬਨ ਬਨ ਪਾਲ ਆਉਂਦੇ ਸਾਰੇ ਮਿੱਤਰ ਪਿਆਰੇ ਉਹ ਮਸਲਾ ਹੱਲ ਬਈ ਪੰਥ ਕੀ ਜੀਤ ਕਰੋ ਪ੍ਰਤੀਤ ਲਾਓ ਲੈਣ ਇਨਸਾਫ ਦੇ ਨਾਰੇ ਰਲ ਮਿਲ ਕੇ ਬੈਠਣ ਦਾ ਆ ਗਿਆ ਵੇਲ ਨਾ ਕਰੋ ਕਵੇਲਾ ਇਕੱਠੇ ਹੋ ਜਾਓ ਨਾ ਮਾਰਾਂ ਖਾਓ ਹੁਣ ਨਾ ਪੀੜੇ ਖੂਨ ਕਲਾੜੀ ਕਰਾਂ ਅਰਜਾਂ ਸੰਗਤ ਨੂੰ ਆਓ ਸਭ ਮਲ ਕੇ ਸਾਹੋ ਤੇ ਚੱਲ ਕੇ ਮੋਰਚਾ ਲੱਗਿਆ ਪਿੰਡ ਬਰਗਾੜੀ ਜਗਾਉਣੀ ਹੈ ਕੁੰਭਕਰਨੀ ਜਗਾਉਣੀ ਹੈ ਕੁੰਭਕਰਨੀ ਸੁਤੀ ਸਰਕਾਰ ਆਵਾਜ਼ਾਂ ਮਾਰ ਜਾਗ ਸਰਕਾਰੇ ਫੜੋ ਹਥਿਆਰੇ ਚੁੱਕਿਆ ਗੁਰੂ ਗ੍ਰੰਥ ਦੁਪਹਿਰੇ
ਇਹ ਸੰਗਤ ਹੁਕਮ ਕਰੇ ਕਾਸਤੋਂ ਡਰਦੀ ਢਿੱਲ ਕਿਉਂ ਕਰਦੀ, ਫਟਕੇ ਲਿਆ ਦੇ ਵਿੱਚ ਕੁਟੈਰੇ। ਬੇਦਰਦੀ ਕਰ ਦਿੱਤੀ ਗੁਰੂ ਸੀ ਸਭ ਦਾ ਰੂਪ ਸੀ ਸਭ ਦਾ ਰੇਲ ਰੇ ਰੇਲਤਾ ਰੋਲਤਾ ਗਲੀਆਂ ਰੋਪੀਆਂ ਕਲੀਆਂ ਜਾਂਦੇ ਅੰਗ ਗੁਰੂ ਦੇ ਪਾੜੀ। ਕਰਾਂ ਅਰਜਾਂ ਸੰਗਤ ਨੂੰ ਆਓ ਸਭ ਚੱਲ ਕੇ ਸਾਹੋ ਤੇ ਮਲ ਕੇ ਮੋਰਚਾ ਲੱਗਿਆ ਪਿੰਡ ਬਰਗਾੜੀ। ਗੱਲ ਸੁਣ ਲੈ ਸਾਡੀ ਤੂੰ ਗੱਲ ਸੁਣ ਲੈ ਸਾਡੀ ਤੂੰ ਬੈਠ ਕੇ ਦਿੱਲੀਏ ਅੱਖਾਂ ਤੋਂ ਬਿੱਲੀਏ ਸ਼ਰਾਰ ਨਾ ਕਰਦੀ ਕਿਤੇ ਨਾ ਡਰਦੀ ਛਡਾਉਣੇ ਸਾਡੇ ਸਿੰਘ ਜੋ ਸੂਰੇ। ਐਵੇਂ ਤੂੰ ਤਾੜ ਰੱਖੇ ਕਰੇ ਤੂੰ ਬੰਦ ਕੱਢੇ ਤੂੰ ਦੰਦ ਕੀਤੇ ਸਾਧਕ ਸਾਲ ਕੈਦ ਜਿੰਨਾ ਪੂਰੇ। ਦੇ ਰਹੀ ਸਿੰਘਾਂ ਨੂੰ ਤੂੰ ਨਜਾਇਜ਼ ਤਸੀਹੇ ਸੱਚੇ ਪੀਹੇ ਛੱਡਦੇ ਜੇਲ ਚੜਾ ਕੇ ਰੇਲਾਂ ਆਪਣੇ ਘਰ ਆ ਕੱਟਣ ਦਿਹਾੜੀ। ਕਰਾਂ ਅਰਜਾਂ ਸੰਗਤ ਨੂੰ ਆਓ ਸਭ ਚੱਲ ਕੇ ਸਾਹੋ ਤੇ ਮਲ ਕੇ ਮੋਰਚਾ ਲੱਗਿਆ ਪਿੰਡ ਬਰਗਾੜੀ। ਉਨਾ ਚਿਰ ਚੁੱਕਣਾ ਨਾ ਉਨਾ ਚਿਰ ਚੁੱਕਣਾ ਨਾ ਮੋਰਚਾ ਲੱਗਿਆ ਰਹੇਗਾ ਫੱਬਿਆ ਹੋਊ ਸਭ ਮੰਗ ਪੂਰੀ ਨਾ ਰਹੇ ਅਧੂਰੀ। ਮੰਨਦੀਆਂ ਨਹੀਂ ਜਦੋਂ ਸਰਕਾਰਾਂ ਕੁਰਬਾਨੀ ਕਰਨ ਲਈ ਇੱਥੇ ਹੀ ਬਹਿਣਾ ਸੱਚੋ ਸੱਚ ਕਹਿਣਾ ਪਿੱਛੇ ਹਟਣਾ ਨਾ ਜਥੇਦਾਰਾਂ। ਸਿੱਖ ਕੌਮਨ ਧੜਕ ਬੜੀ ਸੱਚ ਤੇ ਲੜਦੇ ਅੱਗੇ ਹੋ ਖੜਦੇ ਐ ਸਿੱਖੀ ਪਿਆਰੀ ਜੋ ਬੜੀ ਨਿਆਰੀ ਚਾਨੀ ਪੜਦਾ ਰਾਗ ਬੈਰਾੜੀ। ਕਰਾਂ ਅਰਜਾਂ ਸੰਗਤ ਨੂੰ ਆਓ ਸਭ ਚੱਲ ਕੇ ਸਾਹੋ ਤੇ ਮਲ ਕੇ ਮੋਰਚਾ ਲੱਗਿਆ ਪਿੰਡ ਬਰਗਾੜੀ। ਸਤਸੰਗ ਜੀ, ਸਿੰਘ ਸਾਹਿਬ ਨੇ ਕਿਹਾ ਸੀ ਵੀ ਮੋਰਚੇ ਦੁਆਲੇ ਘੁੰਮੇ ਕਵਿਤਾ। ਮੈਂ ਜਿੰਨੀਆਂ ਕਵਿਤਾਵਾਂ ਲਿਖੀਆਂ ਮੋਰਚੇ ਦੇ ਦੁਆਲੇ ਹੀ ਹੈ, ਪਰ ਇਹ ਇਕੱਲੇ ਦੇ ਗਾਉਣ ਵਾਲੀ ਕਵਿਤਾ ਨਹੀਂ। ਇਹ ਹੀ ਬਹੱਤਰ ਕਲਾ ਜਿਵੇਂ ਇੱਥੇ ਵੀਰ ਸੁਣਾ ਕੇ ਜਿਨ੍ਹਾਂ ਨੇ ਸਿੰਘ ਸਾਹਿਬ ਨੇ ਸਿਫਾਰਿਸ਼ ਕੀਤੀ ਸੀ ਫੇਰ ਸੁਣਾ ਕੇ ਜਾਇਓ। ਜੇ ਕਿਤੇ ਮੂੰਹ ਜਵਾਨੀ ਯਾਦ ਕਰਕੇ ਸਾਹੋ ਕਹਿਣ ਵਾਲੇ ਪਿੰਡ ਵਾਲੇ ਨੇ ਜਾਂ ਇਹੋ ਜਿਹੇ ਵੀਰਾਂ ਨੇ ਗਾਉਣਾ ਹੋਵੇ ਤੇ ਇਦੋਂ 10-20 ਗੁਣਾ ਹੋਰ ਰਸ ਪਾ ਦਿੰਦੇ ਆ। ਸੋ ਮੈਂ ਆਪਣੇ ਹਰ ਇੱਕ ਲਿਖਾਰੀ ਆਪਣੇ ਦਿਲ ਦੀਆਂ ਭਾਵਨਾ ਪ੍ਰਗਟ ਕਰਦਾ ਕਲਮ ਰਾਹੀਂ। ਸਿੰਘ ਸਾਹਿਬ ਜੀ ਦਾਸ ਪਿੰਡ ਦਾ ਹੋਣ ਦਾ ਨਾਤੇ ਕਰਕੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਤੁਹਾਡੇ ਮੋਰਚਾ ਲਾਉਣ ਵਾਸਤੇ, ਤੁਹਾਡੀ ਕੁਰਬਾਨੀ ਕਰਨ ਵਾਸਤੇ ਧੰਨਤਾ ਯੋਗ ਆ ਤੁਸੀਂ। ਸੋ ਇੰਨਾ ਕੁਛ ਕਹਿੰਦਾ ਹੋਇਆ ਖਿਮਾ ਦਾ ਜਾਜਕਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗਤ ਜੀ, ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ, ਭਾਵੇਂ ਟੁੱਟੀ ਫੁੱਟੀ ਮੈਂ ਭੁੱਲ ਕੇ ਕਵਿਤਾ ਗਾਈ ਹੈ, ਪਰ ਇਸ ਕਵਿਤਾ ਨੂੰ ਜਿਹੜਾ ਸਨਮਾਨ ਮਿਲਿਆ ਸਿੰਘ ਸਾਹਿਬ ਵੱਲੋਂ ਸਾਰੀ ਜ਼ਿੰਦਗੀ ਮੈਨੂੰ ਯਾਦ ਰਹੂਗਾ। ਇਹ ਵੀ ਇੱਕ ਇਤਿਹਾਸ ਸਿਰਜਿਆ ਗਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਕਵਿਤਾ ਤੋਂ ਖੁਸ਼ ਹੋ ਕੇ ਮੈਨੂੰ ਸਰੋਪਾ ਦਿੰਦੇ। ਮੈਂ ਕੋਟਨ ਕੋਟ ਵਾਰ ਧੰਨਵਾਦ ਕਰਦਾ ਉਹ ਜਿਹੜਾ ਇਹਨਾਂ ਨੇ ਮਾਇਆ ਦਾ ਸਨਮਾਨ ਕੀਤਾ। ਮੈਂ ਇਹ ਲੰਗਰਾਂ 'ਚ ਪਾਉਣਾ, ਮੈਨੂੰ ਪੈਸੇ ਕਮਾਉਣ ਦਾ ਸ਼ੌਂਕ ਨਹੀਂ, ਆਪਣੇ ਦਿਲ ਦੀਆਂ ਭਾਵਨਾ ਪ੍ਰਗਟ ਕਰਨ ਦਾ ਸ਼ੌਂਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।